हेलो फ्रेंड्स, स्वागत है तुहाडा मेरे चैनल किचन ब्लॉग विच। ते अज आपां बनावांगे मक्की दी मेथी ते प्याज वाली रोटी, जो खाण विच बहुत ही टेस्टी लगदी है ते हेल्थी भी है। ये मैं मेथी लई है, मेथी नूं आपां चंगी तरह धो के बरीक कट लांगे, ते प्याज लए ने, प्याज नूं वी आपां बरीक क्रश कर लांगे। मेथी मैं बरीक कट ली है ते प्याज भी कट बरीक क्रश कर लेने, हुण आपां विच पा दांगे इहनां नूं। हरी मिर्च सी ये क्रश कर ली है। नमक लिया पा दांगे, जीरा पा दांगे, हल्दी पाउडर पा दांगे थोड़ा जिहा, थोड़ा जिहा लाल मिर्च पाउडर। हुण आपां मक्की दा आटा छान के पा दांगे इहदे च। मिक्स कर लेंगे सारा। हुण मैं थोड़ा गुनगुना पानी लिया है ते आपां थोड़ा थोड़ा करके पावांगे आटे च। ਹੁਣ ਰੋਟੀ ਬਣਾਉਣ ਵਾਸਤੇ ਆਪਾਂ ਥੋੜ੍ਹਾ ਜਿਹਾ ਆਟਾ ਲੈ ਲਾਂਗੇ, ਆਪਾਂ ਇਹਨੂੰ ਸੌਫਟ ਕਰਾਂਗੇ ਚੰਗੀ ਤਰ੍ਹਾਂ। ਹੁਣ ਆਪਾਂ ਥੋੜ੍ਹਾ ਜਿਹਾ ਪੇੜਾ ਲਵਾਂਗੇ ਇਹਦਾ, ਹੱਥ ਨੂੰ ਆਪਾਂ ਥੋੜ੍ਹਾ ਜਿਹਾ ਪਾਣੀ ਲਾ ਲਾਂਗੇ ਅਤੇ ਇਹਨੂੰ ਹੱਥ ਨਾਲ ਬਣਾਵਾਂਗੇ ਰੋਟੀ ਨੂੰ। ਜੇ ਆਟਾ ਸਾਡਾ ਵਧੀਆ ਬਣਿਆ, ਨਰਮ ਬਣਿਆ ਹੋਵੇ ਤਾਂ ਰੋਟੀ ਫਟਦੀ ਨਹੀਂ ਹੈਗੀ। ਦੇਖ ਸਕਦੇ ਹੋ ਰੋਟੀ ਵਧੀਆ ਬਣ ਕੇ ਤਿਆਰ ਹੋਈ ਹੈ। ਹੁਣ ਆਪਾਂ ਤਵੇ 'ਤੇ ਥੋੜ੍ਹਾ ਘੀ ਲਾ ਲਾਂਗੇ। ਰੋਟੀ ਦਾ ਪਾਸਾ ਪਲਟ ਲਾਂਗੇ। ਘੀ ਲਗਾ ਲਾਂਗੇ ਰੋਟੀ ਨੂੰ। ਤੁਸੀਂ ਦੇਖ ਸਕਦੇ ਹੋ ਰੋਟੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ। ਜੇ ਹੱਥ ਨਾਲ ਨਹੀਂ ਬਣਾਉਣੀ ਆਉਂਦੀ ਤਾਂ ਇੱਕ ਸਟੀਲ ਰੋਲ ਲੈ ਲਾਂਗੇ ਆਪਾਂ ਅਤੇ ਰੱਖ ਦਾਂਗੇ ਪੇੜਾ। ਨਾਲ ਬਣਾਵਾਂਗੇ ਆਪਾਂ ਰੋਟੀ। ਅਤੇ ਹੁਣ ਆਪਾਂ ਇਹਨੂੰ ਤਵੇ 'ਤੇ ਰੱਖ ਦਾਂਗੇ। ਹੌਲੀ ਹੌਲੀ ਕਰਕੇ ਕਾਗਜ਼ ਨੂੰ ਛੁਡਾ ਲਾਂਗੇ। ਰੋਟੀ ਦਾ ਪਾਸਾ ਪਲਟ ਦਾਂਗੇ, ਘੀ ਲਗਾ ਲਾਂਗੇ ਰੋਟੀ ਨੂੰ। ਰੋਟੀ ਬਣ ਕੇ ਤਿਆਰ ਹੈ ਫਰੈਂਡ, ਤੁਸੀਂ ਦੇਖ ਸਕਦੇ ਹੋ ਰੋਟੀ ਬਣ ਕੇ ਮੱਕੀ ਦੀ ਕਿੰਨੀ ਵਧੀਆ ਤਿਆਰ ਹੋਈ ਹੈ, ਪਿਆਜ਼ ਅਤੇ ਮੇਥੀ ਵਾਲੀ ਮੱਕੀ ਦੀ ਰੋਟੀ, ਜੋ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈ ਅਤੇ ਹੈਲਥੀ ਵੀ ਹੈ। ਫਰੈਂਡ, ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ।